ਅੰਡ ਬਾਂਗੜੀਆਂ ਵਿਖੇ ਜ਼ਿਲ੍ਹਾ ਕਪੂਰਥਲਾ 'ਚ ਕਬੱਡੀ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਦੇ ਵਿੱਚ ਪੰਜਾਬ ਦੇ ਜ਼ਿਲ੍ਹਿਆਂ ਦੀਆਂ 11 ਟੀਮਾਂ ਤੇ ਇੱਕ ਹਰਿਆਣਾ ਦੀ ਟੀਮ ਨੇ ਬਾਗ ਲਿਆ ਜਿਸ ਦੇ ਵਿੱਚ ਰੇਡਰਾਂ ਨੇ ਕੁੱਲ ਕਬੱਡੀਆਂ 731 ਪਾ 537 ਅੰਕ ਹਾਸਲ ਕੀਤੇ ਅਤੇ ਜਾਫੀਆਂ ਨੇ ਕੁੱਲ ਜੱਫੇ 154 ਲਾਈ ਇਸ ਕਬੱਡੀ ਚੈਂਪੀਅਨਸ਼ਿਪ ਦੇ ਵਿੱਚ ਪਹਿਲੇ ਮੈਚ ਦੇ ਵਿੱਚ ਹੀ ਬੈਸਟ ਰੇਡਰ ਅਤੇ ਬੈਸਟ ਜਾਫੀਆਂ ਨੂੰ ਐਲਈਡੀ ਦੇ ਨਾਲ ਸਨਮਾਨ ਕੀਤਾ ਗਿਆ। ਖਾਸ ਤੌਰ ਤੇ ਬਾਗੜੀਆਂ ਵਿਖੇ ਸਮੇਂ 에ਅਰ ਮੈਚ ਸ਼ੁਰੂਆਤ ਕਰਵਾਏ ਗਏ। ਦਰਸ਼ਕਾਂ ਲਈ ਬੈਠਣ ਦਾ ਖਾਸ ਇੰਤਜ਼ਾਮ ਕੀਤਾ ਗਿਆ। ਗਰਾਊਂਡ ਬਿਲਕੁਲ ਖਿਡਾਰੀਆਂ ਦੇ ਲਈ ਖਾਲੀ ਰੱਖੀ ਗਈ। ਕਿਸੇ ਵੀ ਪ੍ਰਮੋਟਰ ਦਾ ਨਾਮ ਕਬੱਡੀ ਦੌਰਾਨ ਲੈਣਾ ਬੰਦ ਕੀਤਾ ਗਿਆ। ਇੱਥੇ ਦੇ ਮੇਨ ਪ੍ਰਬੰਧਕ ਕਾਲੇ ਬਾਗੜੀਆਂ ਵੱਲੋਂ ਸਿਰਫ ਕਬੱਡੀ ਨੂੰ ਲੈ ਕੇ ਹੀ ਬਹੁਤ ਹੀ ਚੰਗੇ ਅਤੇ ਸੁਚੱਜੇ ਨਿਯਮ ਬਣਾਏ ਗਏ ਅਤੇ ਉਹਨਾਂ ਉੱਪਰ ਆਪ ਵੀ ਖੂਬ ਅਮਲ ਕੀਤਾ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਬਾਕੀ ਲੋਕ ਵੀ ਕਬੱਡੀ ਦੀ ਅਹਿਮੀਅਤ ਨੂੰ ਸਮਝਦੇ ਹੋਏ ਹੋਰ ਵੀ ਉੱਚ ਪੱਧਰੀ ਨਿਯਮ ਲਾਗੂ ਕਰ ਕਬੱਡੀ ਨੂੰ ਸਾਫ਼ ਸੁਥਰੇ ਢੰਗ ਨਾਲ ਕਰਵਾਉਣ ਵਿੱਚ ਆਪੋ ਆਪਣੇ ਪਿੰਡ 'ਚ ਕੰਮ ਕਰਨਗੇ ਹਰਿਆਣਾ ਦੇ ਖਿਡਾਰੀ ਸ਼ੀਲੂ ਬਾਹੂ ਅਕਬਰਪੁਰ ਨੇ ਜਿੱਥੇ ਲਗਾਤਾਰ ਤਿੰਨ ਵਾਰ ਬੈਸਟ ਬਣ ਐਲਈਡੀ ਜੁੱਤੀ ਉੱਥੇ ਹੀ ਆਪਣੀ ਟੀਮ ਨੂੰ ਫਾਈਨਲ ਵਿੱਚ ਪਹੁੰਚਾਉਣ ਲਈ ਅਹਿਮ ਰੋਲ ਅਦਾ ਕੀਤਾ ਇਸ ਕਬੱਡੀ ਕੱਪ ਤੇ ਪਹਿਲਾ ਸਥਾਨ ਜ਼ਿਲ੍ਹਾ ਕਪੂਰਥਲਾ ਦੇ ਅੰਕ 42 ਰਹੇ ਅਤੇ ਦੂਸਰੇ ਸਥਾਨ ਤੇ ਹਰਿਆਣੇ ਦੇ 27 ਅੰਕ ਰਹੇ ਜਿਸ ਦਾ ਪਹਿਲਾ ਇਨਾਮ 4 ਲੱਖ ਅਤੇ ਦੂਸਰਾ ਇਨਾਮ 3 ਲੱਖ ਦਿੱਤਾ ਗਿਆ ਫਾਈਨਲ ਮੈਚ ਬਹੁਤ ਹੀ ਫਸਮਾ ਖੇਡਿਆ ਗਿਆ ਕੋਈ ਪਤਾ ਨਹੀਂ ਸੀ ਕੌਣ ਜਿੱਤੇਗਾ ਤੇ ਕਿਸ ਖਿਡਾਰੀ ਨੂੰ ਬੈਸਟ ਹੋਣ ਦਾ ਖਿਤਾਬ ਹੋਣਾ ਪਰਿਆਦੇ ਸੁਰਖਪੁਰ ਨੇ ਆਪਣੇ ਯਾਦਗਰੀ 14 ਟੱਚ ਲੈ ਕੇ 6 ਜਫੇ ਲਾ ਬੈਸਟ ਜਾਫੀ ਬਣ ਆਪਣੇ ਜ਼ਲੇ ਦਾ ਨਾਮ ਰੌਸ਼ਨ ਕੀਤਾ ਅਤੇ ਹਰਮਨ ਬੁਲਟ ਖੀਰਾਵਾਲਾ ਨੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਂਗੜੀਆਂ ਦੀ ਚੈਂਪੀਅਨਸ਼ਿਪ ਦਾ ਦੂਸਰੀ ਵਾਰ 16 ਕਬੱਡੀਆਂ ਪਾ 15 ਅੰਕ ਹਾਸਲ ਕਰ ਬੈਸਟ ਤਾਵੀ ਹੋਣ ਦਾ ਨਾਮ ਹਾਸਲ ਕੀਤਾ ਇਨਾ ਮੁਕਾਬਲੇ 'ਚ ਜਿੱਥੇ ਪੰਜਾਬ ਦੇ ਚੋਟੀ ਦੇ ਸੀਨੀਅਰ ਰੈਫਰੀਆਂ ਨੇ ਆਪਣੀਆਂ ਡਿਊਟੀਆਂ ਨਿਭਾਈਆਂ ਉੱਥੇ ਪੰਜਾਬ ਭਰ ਦੇ ਬੁਲਾਰਿਆਂ ਨੇ ਵੀ ਆਪਣੇ ਬੋਲਾ ਰਹੀ ਲੋਕਾਂ ਨੂੰ ਕਬੱਡੀ ਨਾਲ ਜੋੜਿਆ ਖਾਸ ਤੌਰ ਤੇ ਮੱਖਣ ਅਲੀ ਅਮਰੀਖ ਖੋਸਾ ਕੋਟਲਾ ਆਲਮਗੀਰ ਦਿਆਲਪੁਰ ਰੁਪਿੰਦਰ ਜਲਾਲ ਸੰਧੂ ਬਰਜ ਦਲਸ਼ਾਦ ਈਸੀ ਗੋਪੀ ਰੰਗੀਲਾ ਅਤੇ ਹਰਦੀਪ ਰੰਧਾਵਾ ਨੇ ਵੀ ਬਹੁਤ ਵਧੀਆ ਬੋਲਾਂ ਦੀ ਸਾਂਝ ਪਾਈ ਚੈਂਪੀਅਨਸ਼ਿਪ ਦੇ ਬੈਸਟ ਰੇਂਡਰ ਅਤੇ ਬੈਸਟ ਜਾਫੀ ਨੂੰ ਕਮੇਟੀ ਦੇ ਵੱਲੋਂ 1-1 ਲੱਖ ਨਗਦ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਗਿਆ ਆਏ ਹੋਏ ਲੋਕਾਂ ਨੇ ਵੀ ਅਕਲੇ ਬਾਗੜੀਆਂ ਨੂੰ ਇਸ ਚੈਂਪੀਅਨਸ਼ਿਪ ਕਰਵਾਉਣ ਤੇ ਮੁਬਾਰਕਾਂ ਦਿੱਤੀਆਂ ਅਤੇ ਆਪਣੇ ਪਸੰਦੀਦਾ ਖਿਡਾਰੀਆਂ ਨੂੰ ਚੈਂਪੀਅਨਸ਼ਿਪ ਬਣਨ ਤੇ ਬਹੁਤ ਖੁਸ਼ੀ ਮਨਾਈ ਅਗਰ ਤੁਸੀਂ ਵੀ ਆਪਣੇ ਪਿੰਡ ਦਾ ਖੇਡ ਮੇਲਾ ਤਾਂ ਟੀਵੀ ਐਨ ਰਾਈਟ ਸਪੋਰਟਸ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਸਾਨੂੰ ਸਾਡੇ ਕਮੈਂਟ ਬਾਕਸ ਦੇ ਵਿੱਚ ਆਪਣੇ ਪਿੰਡ ਦਾ ਨਾਮ ਜ਼ਿਲ੍ਹਾ ਤਰੀਕ ਜ਼ਰੂਰ ਭੇਜੋ ਇਸੇ ਹੀ ਤਰ੍ਹਾਂ ਸਿ ਤੁਹਾਨੂੰ ਰੋਜ਼ ਹੀ ਖੇਡ ਜਗਤ ਦੇ ਨਾਲ ਜੁੜੀਆਂ ਜਾਣਕਾਰੀਆਂ ਦਿੰਦੇ ਰਹਾਂਗੇ ਹੋਰ ਅਪਡੇਟ ਤੇ ਲਈ ਤੁਸੀਂ ਸਾਡੇ YouTube ਚੈਨਲ TVAN Right Sports ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਜ਼ਰੂਰ ਦਬਾਓ ਤਾਂ ਜੋ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ